ਪ੍ਰਾਈਡ ਆਫ ਪੰਜਾਬ ਦੇ ਨਾਲ ਮੈਂ ਆ ਤੁਹਾਡਾ ਪ੍ਰਚਾਰਕ ਮੀਆਂ ਆਸਫ ਅਲੀ ਤੇ ਅੱਜ ਗੱਲ ਕਰਾਂਗੇ 1200 ਪਹਿਲਵਾਨਾਂ ਨੂੰ ਹੈਰਾਨ ਵਾਲੇ ਪੰਜਾਬ ਦੀ ਸ਼ਾਨ ਪੰਜਾਬ ਦੀ ਆਣ ਪੰਜਾਬ ਦਾ ਮਾਣ ਤੇ ਪੰਜਾਬ ਦੀ ਪਛਾਣ ਗਾਮਾ ਪਹਿਲਵਾਨ ਦੇ ਬਾਰੇ ਵਿੱਚ ਗਾਮਾ ਪਹਿਲਵਾਨ ਅਜੀਜ਼ ਪਹਿਲਵਾਨ ਦਾ ਪੁੱਤਰ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਅਜੀਜ਼ ਪਹਿਲਵਾਨ ਇੱਕ ਦੇਸੀ रियासत ਦਾ ਦਰਬਾਰੀ ਪਹਿਲਵਾਨ ਸੀ ਗਾਮਾ غلام ਮੁਹਯੁੱਦੀਨ ਪਹਿਲਵਾਨ ਨੂੰ ਹਰਾ ਕੇ ਰਸਤੇਮ ਪੰਜਾਬ ਬਣਿਆ ਫਿਰ ਰੇਨਬਖਸ਼ ਪਹਿਲਵਾਨ ਨੂੰ ਹਰਾ ਕੇ ਰਸਤਮੇ ਹਿੰਦ ਬਣ ਗਿਆ ਉਸੇ ਸਾਲ 1910 ਵਿੱਚ ਲੰਡਨ ਵਿੱਚ ਹੋਣ ਵਾਲੀ ਜਾਨ ਬੁੱਲ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਯੂਰਪ ਦੇ ਚੈਂਪੀਅਨ ਪੋਲੈਂਡ ਦੇ ਪਹਿਲਵਾਨ ਨਾਲ ਮੁਕਾਬਲਾ ਕੀਤਾ ਜਦ 2.5 ਘੰਟੇ ਦੇ ਮੁਕਾਬਲੇ ਵਿੱਚ ਵੀ ਕੋਈ ਫੈਸਲਾ ਨਾ ਹੋ ਸਕਿਆ ਤੇ ਮੁਕਾਬਲਾ ਇੱਕ ਹਫਤੇ ਲਈ ਮੁਲਤਵੀ ਕਰ ਦਿੱਤਾ ਗਿਆ ਪਰ ਅਗਲੇ ਹਫਤੇ ਪੋਲੈਂਡ ਦਾ ਪਹਿਲਵਾਨ ਮੁਕਾਬਲੇ ਵਾਸਤੇ ਮੈਦਾਨ ਵਿੱਚ ਉਤਰਿਆ ਹੀ ਨਹੀਂ ਤੇ ਗਾਮੇ ਨੇ ਜੌਨ ਬੁੱਲ 벨ਟ ਤੇ ਰਸਤਮੇ ਜ਼ਮਾਨ ਦਾ ਖਤਾਬ ਹਾਸਲ ਕਰ ਲਿਆ ਗਾਮੇ ਪਹਿਲਵਾਨ ਦੀ سالਗिराਹ ਤੇ ਇਸ ਸਾਲ ਗੂਗਲ ਨੇ ਗਾਮੇ ਦਾ ਡੁੱਡਲ ਲਾਇਆ ਤੇ ਉਹਨਾਂ ਨੂੰ ਨਕਾਬਲੇ ਤਸਖੀਰ ਪਹਿਲਵਾਨ ਕਰਾਰ ਦਿੱਤਾ غلام محمد بخش ਬਟ ਉਰਫ ਗਾਮਾ ਪਹਿਲਵਾਨ ਪੰਜਾਬ ਦੀ ਉਹ ਪਹਿਚਾਨ ਹੈ ਜਿਹੜੀ ਅਨਵੰਡੇ ਪੰਜਾਬ ਦੀ ਯਾਦ ਦਿਵਾਉਂਦੀ ਏ ਪੰਜਾਬ ਦੇ ਇੱਕ ਸ਼ਹਿਰ ਵਿੱਚ ਜੰਮਣਾ ਤੇ ਦੂਜੇ ਵਿੱਚ ਪੂਰੇ ਹੋਣਾ ਦੱਸਦਾ ਏ ਕਿ ਪਾੜਾ ਕੀ ਕੁਝ ਕਰ ਸਕਦਾ ਏ ਰੁਸਤਮੇ ਹਿੰਦ ਕਹੌਣ ਵਾਲੇ ਇਸ ਗੱਬਰੂ ਦੀ ਕੁਸ਼ਤੀ ਬਾਰੇ ਹਰ ਕੋਈ ਜਾਣੂ ਏ ਪਰ ਵੰਡ ਵੇਲੇ ਪੰਜਾਬ ਦੇ ਇਸ ਪੁੱਤਰ ਨੇ ਵਦੇਰੇ ਹਿੰਦੂ ਪੰਜਾਬੀਆਂ ਦੀ ਜਾਨ ਬਚਾਈ ਸੀ ਇਸ ਬਾਰੇ ਘੱਟ ਹੀ ਲੋਕ ਜਾਣਕਾਰੀ ਰੱਖਦੇ ਨੇ ਪੰਜਾਬੀਆਂ ਨੂੰ ਜੱੜ ਕਹਿਣ ਵਾਲੇ ਕਦੇ ਨਹੀਂ ਜਾਣ ਸਕਦੇ ਕਿ ਬਰੂਸਲੀ ਵਰਗਾ ਫਾਈਟਰ ਵੀ ਗਾਮੇ ਪਹਿਲਵਾਨ ਨੂੰ ਮਾਨਤਾ ਦਿੰਦਾ ਸੀ ਔਰ ਉਹਨੇ ਗਾਮੇ ਪਹਿਲਵਾਨ ਬਾਰੇ ਪੜ੍ਹ ਕੇ ਉਹਦੀਆਂ ਬੈਠਕਾਂ ਤੇ ਬਾਕੀ ਰੁਟੀਨ ਅਪਣਾ ਲਈ ਸੀ ਲੰਡਨ ਜਾ ਕੇ ਜੱਗ ਦੇ ਪਹਿਲਵਾਨਾਂ ਨੂੰ ਹੈਰਾਨ ਵਾਲਾ ਗਾਮਾ ਪੰਜਾਬੀਆਂ ਦਾ ਹੀਰੋ ਤੇ ਹਿੰਦ ਸਿੰਧ ਦਾ ਮਾਣ ਹੈ 82 ਸਾਲ ਵਿੱਚ ਪੂਰੇ ਹੋਣ ਵਾਲੇ ਇਸ ਤਾਰੇ ਤੋਂ ਬਾਅਦ ਕੋਈ ਪੰਜਾਬੀ ਮਾਂ ਅਜ ਤੀਕ ਦੂਜਾ ਗਾਮਾ ਜਮ ਨਹੀਂ ਸਕੀ 1959 ਵਿੱਚ ਪਾਕਿਸਤਾਨ ਸਰਕਾਰ ਨੇ ਇਸ ਨੂੰ ਸਦਾਰਤੀ ਐਵਾਰਡ ਬਰائے ਹੁਸਨੇ ਕਾਰਗਰਦਗੀ ਤੋਂ ਵੀ ਨਵਾਜ਼ਿਆ ਪੰਜਾਬੀ ਸੂਝਵਾਨ ਤੇ ਖੋਜਕਾਰ ਰਾਣਾ ਅਲੀ ਜੀ ਲਿਖਦੇ ਨੇ ਚੜ੍ਹਦੇ ਪੰਜਾਬ ਤੋਂ ਆਏ ਸਾਡੇ ਬਜ਼ੁਰਗਾਂ ਤੋਂ ਗ੍ਰੇਟ ਗਾਮਾ ਪਹਿਲਵਾਨ ਦੇ ਬਾਰੇ ਵਿੱਚ ਬਥੇਰੇ ਕisse ਸੁਣੇ ਨੇ ਇੱਕ ਕਿੱਸਾ ਜੋ ਬਾਬੇ ਅਕਸਰ ਗ੍ਰੇਟ ਗਾਮਾ ਨਾਲ ਮਨਸੂਬ ਸੁਣਾਉਂਦੇ ਸੀ ਕਿ ਇਸ ਘਰ ਨੂੰ ਅੱਲਾ ਵੱਲੋਂ ਹੀ ਇਹ ਬਖਸ਼ੀ ਇਹ ਬਮਣਾ ਤੋਂ ਮੁਸਲਮਾਨ ਹੋਣ ਵਾਲੇ ਕਸ਼ਮੀਰੀ ਸਨ ਮਸ਼ਰਕ ਦੇ ਕਈ ਹਿੰਦੂ ਸਿੱਖ ਰਾਜੇ ਤੇ ਫਿਰ ਬਾਅਦ ਵਿੱਚ ਅੰਗਰੇਜ਼ ਨੇ ਗਾਮਾ ਪਹਿਲਵਾਨ ਦੇ ਖਾਨਦਾਨ ਨੂੰ ਰੋਜ਼ੀ ਰੋਟੀ ਦੀ ਫਿਕਰ ਤੋਂ ਆਜ਼ਾਦ ਕਰਨ ਵਾਸਤੇ ਚੰਗੀ ਪਲੀ ਜ਼ਰਖੇ ਜ਼ਮੀਨ ਅਲਾਟ ਕੀਤੀ ਹੋਈ ਸੀ ਬਾਬੇ ਦੱਸਦੇ ਸੀ ਕਿ ਇਹਨਾਂ ਵਿੱਚ ਰਸਮ ਸੀ ਕਿ ਬਲੂਘਤ ਦੇ ਬਾਅਦ ਵੀ ਉਮਰ ਦੇ ਇੱਕ ਖਾਸ ਹਿੱਸੇ ਤੱਕ ਔਰਤ ਦੇ ਨੇੜੇ ਨਹੀਂ ਜਾਂਦੇ ਇਹਨਾਂ ਦਰਜਣਾ ਬੱਟ ਪਹਿਲਵਾਨਾਂ ਦੇ ਘਰਾਂਿਆਂ ਦੇ ਕਰਤਾਰ ਔਲੀਆ ਇਕਰਾਮ ਵਰਗੇ ਹੁੰਦੇ ਸੀ ਇਹ ਲਗੋਟੇ ਦੇ ਪੱਕੇ ਉਸਤਾਦ ਦੇ ਪੱਕੇ ਤੇ ਕਰਤਾਰ ਦੇ ਪੱਕੇ ਹੁੰਦੇ ਸੀ ਬਜ਼ੁਰਗ ਕਹਿੰਦੇ ਸੀ ਕਿ ਗ੍ਰੇਟ ਗਾਮਾ ਦਾ ਜਦ ਵਿਆਹ ਹੋ ਗਿਆ ਤੇ ਉਹਨਾਂ ਦੇ ਅੱਬਾ ਜੀ ਵੇੜੇ 'ਚ ਉਹਨਾਂ ਮੀਆਂ ਬੀਵੀ ਦੀ ਮੰਜੀਆਂ ਦੇ ਵਿਚਕਾਰ ਮੰਜੀ ਢਾ ਕੇ ਸੌਂਦੇ ਸੀ ਇਹ ਪਤਾ ਨਹੀਂ ਸੱਚ ਹੈ ਜਾਂ ਅਫਸਾਨਾ ਪਰ ਗ੍ਰੇਟ ਗਾਮਾ ਪਹਿਲਵਾਨ ਸਿਰਫ ਪੰਜਾਬ ਹੀ ਨਹੀਂ ਪੂਰੇ ਹਿੰਦ ਵਿੱਚ ਲਾਸਾਨੀ ਪਹਿਲਵਾਨ ਗੁਜ਼ਰੇ ਨੇ ਪਾਕਿਸਤਾਨ ਬਣਨ ਦੇ ਬਾਅਦ ਇਸ ਖਾਨਦਾਨ ਦੇ ਸਦੀਆਂ ਦੇ ਇਸ ਪਹਿਲਵਾਨੀ ਵਿਰਸੇ ਨੂੰ ਮਹਿਫੂਜ਼ ਨਾ ਕੀਤਾ ਗਿਆ ਜੇ ਇਸ ਖਾਨਦਾਨ ਨੂੰ ਹਕੂਮਤ ਪਾਕਿਸਤਾਨ ਫਿਕਰੇ ਮਵਾਸ਼ ਤੋਂ ਆਜ਼ਾਦ ਕਰ ਦਿੰਦੀ ਤੇ ਅੱਜ ਵੀ ਕਸ਼ਮੀਰੀ ਪੰਜਾਬੀ ਪਹਿਲਵਾਨਾਂ ਦਾ ਸਿੱਕਾ ਚੱਲ ਰਿਹਾ ਹੁੰਦਾ ਫਖਰੇ ਪੰਜਾਬ ਮਰਹੂਮ ਗਾਮਾ ਪਹਿਲਵਾਨ ਦੀ ਕੋਈ ਔਲਾਦ ਨਰੀਨਾ ਨਹੀਂ ਸੀ ਉਨਾ ਦੀ ਇੱਕੀਤੀ ਸੀ ਜਿਸ ਦੀ ਲੋਰ ਵਿੱਚ ਮਰਹੂਮਾ ਕਲਕਸੂਮ ਨਵਾਜ਼ ਸਹਿਬਾ ਦੇ ਵਾਲਦ ਨਾਲ ਸ਼ਾਦੀ ਹੋਈ ਜਿਨ੍ਹਾਂ ਤੋਂ ਮਰੀਮ ਨਵਾਜ਼ ਦੀ والدہ ਨਵਾਜ਼ ਸ਼ਰੀਫ ਦੀ ਮਰਹੂਮਾ ਬੀਵੀ ਕਲਕਸੂਮ ਨਵਾਜ਼ ਸਹਿਬਾ ਪੈਦਾ ਹੋਈਆਂ ਕਲਕਸੂਮ ਨਵਾਜ਼ ਸਹਿਬਾ ਗ੍ਰੇਟ ਗਾਮਾ ਪਹਿਲਵਾਨ ਦੀ ਨਿਵਾਸੀ ਸੀ ਤੇ ਮਰੀਮ ਨਵਾਜ਼ ਗਾਮਾ ਪਹਿਲਵਾਨ ਦੀ ਦੋਤਰੀ ਦੀ ਧੀ ਤੇ ਲੰਡਨ ਵਾਲੇ ਗੁਗਲੂ ਤੇ ਮੁਗਲੂ ਗ੍ਰੇਟ ਗਾਮਾ ਪਹਿਲਵਾਨ ਦੇ ਪਰਦੋਤਰੇ ਨੇ ਅੱਜ ਲੋੜ ਗਾਮੇ ਨੂੰ ਮਾਨਤਾ ਦੇਵਣ ਦੀ ਹੈ ਫਰੰਗੀਆਂ ਦੇ ਨਾਵਾਂ ਤੇ ਸੜਕਾਂ ਤੇ ਬਥੇਰੀਆਂ ਨੇ ਲੋਰ ਵਿੱਚ ਗਾਮੇ ਦੇ ਨਾਮ ਦੀ ਵੀ ਸੜਕ ਹੋਣੀ ਚਾਹੀਦੀ ਏ ਇਹਦੇ ਤੇ ਫਿਲਮਾਂ ਡਰਾਮੇ ਤੇ ਗੀਤ ਬਣਨੇ ਚਾਹੀਦੇ ਨੇ ਆਸ ਏ ਕਿ ਲੋਕਾਈ ਤੇ ਸਰਕਾਰ ਆਪਣੇ ਇਸ ਹੀਰੋ ਦਾ ਆਦਰ ਕਰੇਗੀ ਤੇ ਆਪਣੇ ਬੱਚਿਆਂ ਤੀਕ غلام محمد بخش ਬੱਟ ਦੀ ਕਹਾਣੀ ਪਹੁੰਚਾਏਗੀ